ਤੁਸੀਂ ਸਾਰੇ ਹੀ ਸਤਿਕਾਰ ਤੋਂ ਜਿੰਨੇ ਵੀ ਤੁਸੀਂ ਫਾਰਮਲੀ ਜੀ ਆਇਆਂ ਕਹਿ ਕੇ ਫਰਜ਼ ਜਿਸ ਦੇ ਨਾਲ ਸਮਾਜ ਦੀ ਸਿਰਜਣਾ ਜਿਹੜੀ ਹੈਗੀ ਹੈ ਉਹਦੀ ਉਪਜ ਹੁੰਦੀ ਹੈ। ਮੇਰੀ ਮਰਾਤ ਮਾਈਕਰੋ ਸਮਾਲ ਇੰਡਸਟਰੀ ਦੇ ਉਦਮੀ ਇੰਡਸਟਰੀਅਲ ਸਾਥੀਓ, ਅੱਜ ਦੇ ਇਸ ਜ਼ਿਲ੍ਹਾ ਉਦਮ ਸਮਾਗਮ ਵਿੱਚ ਤੁਹਾਡੇ ਗਮਨ ਦਾ ਬਹੁਤ ਹੀ ਸਵਾਗਤ ਕਰਦੇ ਹਾਂ। ਉਹਨਾਂ ਉਦਮੀਆਂ ਵਾਸਤੇ ਜੋ ਕਿ ਬਿਲਕੁਲ ਹੀ ਮਾਈਕਰੋ ਲੈਵਲ ਦੇ ਉੱਤੇ ਛੋਟੇ ਪੱਧਰ ਦੇ ਉੱਤੇ ਕੰਮ ਕਰ ਰਹੇ ਹਨ, ਉਹਨਾਂ ਦੀ ਜੋ ਪ੍ਰੋਡਕਸ਼ਨ ਨੇ, ਵਸਤਾਂ ਨੇ ਜੋ ਬਣਾਈਆਂ ਜਾ ਰਹੀਆਂ ਨੇ, ਖਾਸ ਤੌਰ 'ਤੇ ਉਹਨਾਂ ਦੀ ਜਿਹੜੀਆਂ ਵਸਤਾਂ ਨੂੰ ਡਿਸਪਲੇ ਕਰਕੇ ਉਹਨਾਂ ਦੇ ਵਿੱਚ ਹੋਰ ਬਿਹਤਰ ਸੁਧਾਰ ਕਿੱਦਾਂ ਲਿਆ ਜਾ ਸਕਦਾ, ਅਤੇ ਸਰਕਾਰ ਦੀਆਂ ਜਿਹੜੀਆਂ ਸਕੀਮਾਂ ਨੇ ਉਹਨਾਂ ਦੇ ਨਾਲ ਉਹਨਾਂ ਨੂੰ ਹੋਰ ਕਿਸ ਤਰ੍ਹਾਂ ਵਧੇਰੇ ਕਾਰਗਰ ਤਰੀਕੇ ਦੇ ਨਾਲ ਜਿਹੜਾ ਹੈਗਾ ਸਹਾਇ ਕੀਤਾ ਜਾ ਸਕਦਾ, ਇਹ ਇੱਕ ਉਪਰਾਲਾ ਹੈ। ਉਹ ਸਹਾਇਕ ਹੁੰਦੇ ਹੈਗੇ ਨੇ ਹਾਰਟੀਕਲਚਰ ਐਗਰੀਕਲਚਰ ਡਿਪਾਰਟਮੈਂਟ, ਕ੍ਰਿਸ਼ੀ ਡਿਪਾਰਟਮੈਂਟ ਅਤੇ ਹੋਰ ਸਾਰੇ ਜਿਹੜੇ ਛੋਟੇ ਲੈਵਲ ਉੱਤੇ ਫਸਟ ਜਨਰੇਸ਼ਨ ਕਰਾਉਣ ਨਾਲ ਰਿਲੇਟਡ, ਸੈਲਫ ਹੈਲਪ ਗਰੁੱਪ ਦੇ ਨਾਲ ਰਿਲੇਟਡ ਅਤੇ ਫਸਟ ਹੈਂਡ ਐਂਟਰਪ੍ਰੀਨਰ ਨੇ ਉਹਨਾਂ ਨੂੰ ਅਸੀਂ ਇੱਥੇ ਸੱਦਾ ਦਿੱਤਾ ਤਾਂ ਕਿ ਉਸ ਕੀਤੀ ਜਾ ਸਕੇ ਅਤੇ ਇਸਦੇ ਨਾਲ ਨਾਲ ਹੀ ਜਿਹੜੇ ਉਹਨਾਂ ਦੀ ਵਸਤਾਂ ਦੇ ਵਿੱਚ ਹੋਰ ਗੁਣਵੱਤਾ ਜਿਹੜੀ ਹੈਗੀ ਕਿਸ ਤਰ੍ਹਾਂ ਲਿਆਂਦੀ ਜਾ ਸਕਦੀ ਹੈ ਇਹਦੇ ਬਾਰੇ ਜਾਣਕਾਰੀ ਦਿੱਤੀ ਜਾ ਸਕੇ। ਤਾਂ ਇਹ ਬਹੁਤ ਹੀ ਵੈਲਕਮ ਕਰਦਾ ਔਰ ਮੈਂ ਉਮੀਦ ਕਰਦਾ ਜਿਹੜੇ ਹੈਗੇ ਨੇ ਉਹ ਉੱਭਰ ਕੇ ਸਾਹਮਣੇ ਆਉਣਗੇ, ਭਾਰਤ ਸਰਕਾਰ ਨੂੰ ਜਿਹੜੀ ਹੈਗੀ ਹੈ ਉਹਨਾਂ ਸੁਜੈਸ਼ਨ ਦੀ ਉਪਰਾਲੇ ਕੀਤੇ ਜਾਣਗੇ ਤਾਂ ਜੋ ਜਿਹੜੀ ਇੱਥੋਂ ਦੀ ਜਿਹੜੀ ਛੋਟੀ ਇੰਡਸਟਰੀ ਜਿਹੜੀ ਹੈਗੀ ਆ ਉਹ ਹੋਰ ਵਧੇਰੇ ਅੱਛੇ ਤਰੀਕੇ ਨਾਲ ਜਿਹੜਾ ਹੈਗਾ। ਅਸੀਂ ਬਹੁਤ ਹੀ ਲੇਟ ਚੱਲ ਰਹੇ ਹਾਂ ਤਾਂ ਜ਼ਿਆਦਾ ਵੱਡੇ ਮਿਸ਼ਨਾਂ ਨੇ ਜੋ ਹੈ ਅੱਜ ਦੇ ਇਸ ਉੱਦਮ ਸਮਾਗਮ ਦੀ ਸ਼ੁਰੂਆਤ ਕਰਨ ਦੇ ਲਈ ਮੈਂ ਸਟੇਜ ਦੇ ਮੰਤਰ ਦਾ ਹੈਗਾ ਉਹ ਅਗਲੀ ਕਾਰਵਾਈ ਲਈ ਕਹਿਣ ਦਾ ਪਹਿਲਾ ਮੋਡਲ ਜਿਹੜਾ ਹੈਗਾ ਉਹ ਦੇ। ਥੈਂਕ ਯੂ।